ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਯਮ ਤੜਕਾ ਪੰਜਾਬੀ ਕੁਕਿੰਗ ਦੇ ਵਿੱਚ। ਅੱਜ ਬਣਾਵਾਂਗੇ ਆਪਾਂ ਸਰਦੀਆਂ ਦੇ ਸਪੈਸ਼ਲ ਮੂਲੀ ਦੇ ਪਰੌਂਠੇ। ਪਰੌਂਠੇ ਖਾਣਾ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਹੁੰਦਾ, ਚਾਹੇ ਹੁਣ ਬੱਚੇ ਚਾਹੇ ਹੁਣ ਵੱਡੇ, ਪਰੌਂਠੇ ਖਾਣਾ ਪਸੰਦ ਕਰਦੇ ਹਨ। ਖਾਸ ਕਰਕੇ ਮੂਲੀ ਦੇ ਪਰੌਂਠੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਹਨ ਅਤੇ ਸਾਰੇ ਬਹੁਤ ਹੀ ਖੁਸ਼ ਹੋ ਕੇ ਖਾਂਦੇ ਹਨ। ਅਤੇ ਤੁਹਾਨੂੰ ਮੈਂ ਅੱਜ ਇੱਕ ਟ੍ਰਿਕ ਦੱਸਾਂਗੀ ਜਿਹਦੇ ਨਾਲ ਕਿ ਤੁਹਾਡੇ ਪਰੌਂਠੇ ਬਿਲਕੁਲ ਵੀ ਨਹੀਂ ਫਟਣਗੇ, ਬਿਲਕੁਲ ਪਾਣੀ ਨਹੀਂ ਛੱਡਣਗੇ ਮੂਲੀਆਂ, ਅਤੇ ਪਰੌਂਠੇ ਬਹੁਤ ਹੀ ਵਧੀਆ ਟੇਸਟੀ ਬਣ ਕੇ ਤਿਆਰ ਹੋਣਗੇ। ਅਤੇ ਜੇ ਪਰੌਂਠਿਆਂ ਦੇ ਨਾਲ ਹੋਵੇ ਦਹੀਂ, ਅਚਾਰ ਅਤੇ ਮੱਖਣ, ਪਰੌਂਠਿਆਂ ਦਾ ਟੇਸਟ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ। ਜੇਕਰ ਤੁਸੀਂ ਪਹਿਲੀ ਵਾਰੀ ਮੇਰੇ ਚੈਨਲ 'ਤੇ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜੋ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈੱਲ ਆਈਕਨ ਜੋ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ। ਅਤੇ ਆਓ ਬਹੁਤ ਹੀ ਟੇਸਟੀ ਮੂਲੀ ਦੇ ਪਰੌਂਠੇ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਹਾਂ। ਪਰੌਂਠੇ ਬਣਾਉਣ ਵਾਸਤੇ ਇੱਥੇ ਮੈਂ 3 ਮੂਲੀਆਂ ਲਈਆਂ ਹਨ। ਮੂਲੀਆਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਅਤੇ ਸਾਫ਼ ਕਰ ਲਿਆ ਹੈ। ਅਤੇ ਹੁਣ ਮੂਲੀਆਂ ਦਾ ਛਿਲਕਾ ਉਤਾਰ ਕੇ ਅਤੇ ਇਹਨਾਂ ਨੂੰ ਆਪਾਂ ਕੱਦੂਕਸ ਕਰ ਲਵਾਂਗੇ। ਮੂਲੀਆਂ ਹੁਣ ਮੈਂ ਛਿਲਕੇ ਤਿਆਰ ਕਰ ਲਈਆਂ ਹਨ ਅਤੇ ਹੁਣ ਆਪਾਂ ਇਹਨਾਂ ਨੂੰ ਕੱਦੂਕਸ ਕਰਾਂਗੇ। ਮੂਲੀਆਂ ਨੂੰ ਕੱਦੂਕਸ ਕਰਨ ਵਾਸਤੇ ਇੱਥੇ ਮੈਂ ਮੀਡੀਅਮ ਛੇਕਾਂ ਵਾਲਾ ਜਿਹੜਾ ਹੈ ਕੱਦੂਕਸ ਲਿਆ ਹੈ। ਮੇਰੇ ਕੋਲ ਇੱਥੇ ਮੋਟੇ ਛੇਕਾਂ ਵਾਲਾ ਕੱਦੂਕਸ ਵੀ ਹੈ, ਇਹਦੇ ਨਾਲ ਵੀ ਵੈਸੇ ਮੂਲੀਆਂ ਕਰ ਸਕਦੇ ਹਾਂ, ਪਰ ਇਹਦੇ ਨਾਲ ਥੋੜ੍ਹੀਆਂ ਜਿਹੀ ਮੂਲੀਆਂ ਮੋਟੀਆਂ ਕੱਦੂਕਸ ਹੁੰਦੀਆਂ ਹਨ ਜਿਹੜੀਆਂ ਕਿ ਰੋਟੀ ਵਿੱਚੋਂ ਬਾਹਰ ਆ ਜਾਂਦੀਆਂ ਹਨ, ਇਸ ਕਰਕੇ ਮੈਂ ਮੀਡੀਅਮ ਜਿਹੇ ਛੇਕਾਂ ਵਾਲਾ ਕੱਦੂਕਸ ਲਿਆ ਹੈ। ਜੇ ਮੂਲੀਆਂ ਆਪਾਂ ਮੋਟੇ ਕੱਦੂਕਸ ਨਾਲ ਕੱਦੂਕਸ ਕਰਦੇ ਹਾਂ ਤਾਂ ਉਹ ਪਰੌਂਠੇ ਵਿੱਚੋਂ ਬਾਹਰ ਆਉਂਦੀਆਂ ਹਨ, ਕਿਉਂਕਿ ਬਹੁਤ ਜ਼ਿਆਦਾ ਟੁਕੜੇ ਮੋਟੇ ਹੁੰਦੇ ਹਨ। ਇਸ ਤਰੀਕੇ ਨਾਲ ਜਦੋਂ ਆਪਾਂ ਥੋੜ੍ਹੇ ਜਿਹੇ ਬਰੀਕ ਕੱਦੂਕਸ ਕਰਦੇ ਹਾਂ, ਜਿਹੜੀਆਂ ਮੂਲੀਆਂ ਹਨ ਉਹ ਪਰੌਂਠੇ ਵਿੱਚੋਂ ਬਿਲਕੁਲ ਬਾਹਰ ਨਹੀਂ ਆਉਣਗੀਆਂ, ਕਿਉਂਕਿ ਇਹਨਾਂ ਦੀ ਆਪਸ ਵਿੱਚ ਪਕੜ ਬਣ ਜਾਂਦੀ ਹੈ। ਹੁਣ ਮੈਂ ਮੂਲੀਆਂ ਸਾਰੀਆਂ ਇਸੇ ਤਰੀਕੇ ਨਾਲ ਕੱਦੂਕਸ ਕਰ ਲਵਾਂਗੀ। ਅਤੇ ਮੂਲੀਆਂ ਹੁਣ ਮੈਂ ਕੱਦੂਕਸ ਕਰ ਲਈਆਂ ਹਨ। ਹੁਣ ਮੂਲੀਆਂ ਦਾ ਪਾਣੀ ਚੰਗੀ ਤਰ੍ਹਾਂ ਨਿਚੋੜ ਲਵਾਂਗੇ। ਹੁਣ ਇੱਕ ਪੌਣਾ ਲਵਾਂਗੇ, ਇਸ ਤਰੀਕੇ ਨਾਲ ਕਿਚਨ ਵਾਲਾ ਸਾਫ਼ ਪੌਣਾ ਲਿਆ ਹੈ, ਤੁਸੀਂ ਕੋਈ ਸਾਫ਼ ਕੱਪੜਾ ਵੀ ਲੈ ਸਕਦੇ ਹੋ। ਅਤੇ ਇਹਦੇ ਵਿੱਚ ਆਪਾਂ ਕੱਦੂਕਸ ਕੀਤੀਆਂ ਮੂਲੀਆਂ ਪਾ ਦੇਵਾਂਗੇ। ਤੁਸੀਂ ਮੂਲੀਆਂ ਨੂੰ ਹੱਥਾਂ ਨਾਲ ਵੀ ਨਿਚੋੜ ਸਕਦੇ ਹੋ, ਪਰ ਕਈ ਵਾਰੀ ਮੂਲੀਆਂ ਹੱਥਾਂ ਨੂੰ ਲੱਗਦੀਆਂ ਹਨ, ਇਸ ਕਰਕੇ ਪੌਣੇ ਨਾਲ ਆਪਾਂ ਨਿਚੋੜ ਰਹੇ ਹਾਂ। ਇਸ ਤਰੀਕੇ ਨਾਲ ਚੰਗੀ ਤਰ੍ਹਾਂ ਟਾਈਟ ਕਰਦੇ ਹੋਏ, ਘੁੰਮਾਉਂਦੇ ਹੋਏ ਆਪਾਂ ਪੌਣੇ ਨੂੰ ਜਿਹੜਾ ਹੈ ਇਸ ਤਰੀਕੇ ਨਾਲ ਟਾਈਟ ਕਰਦੇ ਜਾਵਾਂਗੇ ਤਾਂ ਪਾਣੀ ਸਾਰਾ ਬਾਹਰ ਆਉਂਦਾ ਜਾਏਗਾ। ਤੁਸੀਂ ਦੇਖ ਸਕਦੇ ਹੋ ਪਾਣੀ ਕਿੰਨਾ ਜ਼ਿਆਦਾ ਮੂਲੀਆਂ ਵਿੱਚੋਂ ਨਿਕਲ ਰਿਹਾ ਹੈ। ਵੈਸੇ ਵੀ ਜਦੋਂ ਆਪਾਂ ਮੂਲੀਆਂ ਨੂੰ ਬਰੀਕ ਕੱਦੂਕਸ ਕਰਦੇ ਹਾਂ, ਪਾਣੀ ਇਸੇ ਤਰੀਕੇ ਨਾਲ ਜਲਦੀ ਬਾਹਰ ਆ ਜਾਂਦਾ ਹੈ। ਮੋਟਿਆਂ ਵਿੱਚੋਂ ਜਿਹੜਾ ਹੈ ਪਾਣੀ ਜਲਦੀ ਬਾਹਰ ਨਹੀਂ ਆਉਂਦਾ। ਹੁਣ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਪਾਣੀ ਆਪਾਂ ਸਾਰਾ ਨਿਚੋੜ ਲਿਆ ਹੈ। ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਪਾਣੀ ਜਿਹੜਾ ਹੈ ਮੂਲੀਆਂ ਵਿੱਚੋਂ ਨਿਕਲਿਆ ਹੈ। ਹੁਣ ਆਪਾਂ ਇਹ ਮੂਲੀਆਂ ਜਿਹੜੀਆਂ ਹਨ ਇਸ ਤਰੀਕੇ ਨਾਲ ਪਲੇਟ ਵਿੱਚ ਪਾ ਦੇਵਾਂਗੇ। ਮੂਲੀਆਂ ਹੁਣ ਬਿਲਕੁਲ ਡਰਾਈ ਹੋ ਗਈਆਂ ਹਨ, ਬਿਲਕੁਲ ਇਹਨਾਂ ਵਿੱਚ ਪਾਣੀ ਨਹੀਂ ਹੈਗਾ, ਕਿਉਂਕਿ ਆਪਾਂ ਬਹੁਤ ਚੰਗੀ ਤਰ੍ਹਾਂ ਇਹਨਾਂ ਨੂੰ ਨਿਚੋੜਿਆ ਹੈ। ਹੁਣ ਮੈਂ ਲਿਆ ਹੈ 1 ਇੰਚ ਅਦਰਕ ਦਾ ਟੁਕੜਾ। ਅਦਰਕ ਮੂਲੀਆਂ ਵਾਲੇ ਪਰੌਂਠੇ ਵਿੱਚ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਹੁਣ ਆਪਾਂ ਇਹਨੂੰ ਵੀ ਕੱਦੂਕਸ ਕਰ ਲਵਾਂਗੇ। ਅਦਰਕ ਹਮੇਸ਼ਾ ਮੂਲੀਆਂ ਨਿਚੋੜਨ ਤੋਂ ਬਾਅਦ ਹੀ ਮੂਲੀਆਂ ਵਿੱਚ ਐਡ ਕਰਨਾ ਹੈ। ਜੇ ਆਪਾਂ ਅਦਰਕ ਪਹਿਲਾਂ ਹੀ ਨਾਲ ਹੀ ਕੱਦੂਕਸ ਕਰ ਦਿੰਦੇ ਸਾਰਾ ਜਿਹੜਾ ਹੈ ਅਦਰਕ ਦਾ ਅਸਰ ਨਿਕਲ ਜਾਣਾ ਸੀ, ਇਸ ਕਰਕੇ ਮੈਂ ਬਾਅਦ ਵਿੱਚ ਇਹਨੂੰ ਐਡ ਕੀਤਾ ਹੈ। ਥੋੜ੍ਹਾ ਅਦਰਕ ਇਸ ਤਰੀਕੇ ਨਾਲ ਬਾਲਾਂ ਵਾਲਾ ਰਹਿ ਜਾਂਦਾ ਹੈ, ਇਹਨੂੰ ਆਪਾਂ ਚਾਹ ਵਿੱਚ ਐਡ ਕਰ ਲਵਾਂਗੇ। ਹੁਣ ਬਰੀਕ ਕੱਟੀਆਂ ਹਰੀਆਂ ਮਿਰਚਾਂ ਇਹਦੇ ਵਿੱਚ ਪਾਵਾਂਗੇ। ਹਰੀ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ। ਥੋੜ੍ਹਾ ਜਿਹਾ ਬਰੀਕ ਕੱਟ ਕੇ ਹਰਾ ਧਨੀਆ ਪਾਵਾਂਗੇ। ਧਨੀਆ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਸੁਕਾ ਕੇ ਫਿਰ ਹੀ ਆਪਾਂ ਕੱਟ ਕੇ ਇਹਦੇ ਵਿੱਚ ਪਾਇਆ ਹੈ। ਚੰਮੇ ਦਾ ਚੌਥਾ ਹਿੱਸਾ ਅਜਵਾਇਨ ਲਈ ਹੈ। ਅਜਵਾਇਨ ਨੂੰ ਹੱਥ ਉੱਪਰ ਪਾ ਕੇ ਇਸ ਤਰੀਕੇ ਨਾਲ ਹਲਕਾ ਜਿਹਾ ਮਸਲ ਕੇ ਅਤੇ ਵਿੱਚ ਪਾ ਦੇਵਾਂਗੇ। ਅਜਵਾਇਨ ਪਰੌਂਠਿਆਂ ਵਿੱਚ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਇਹਦੇ ਨਾਲ ਹਾਜ਼ਮਾ ਠੀਕ ਰਹਿੰਦਾ ਹੈ। ਹੁਣ ਮੈਂ ਚੰਮੇ ਦਾ ਚੌਥਾ ਹਿੱਸਾ ਲਈ ਹੈ ਕਲੌਂਜੀ। ਇਹ ਪਾਉਣੀ ਆਪਸ਼ਨਲ ਹੈ, ਪਰ ਆਪਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਕਲੌਂਜੀ ਜ਼ਰੂਰ ਖਾਣੀ ਚਾਹੀਦੀ ਹੈ, ਇਸ ਕਰਕੇ ਮੈਂ ਥੋੜ੍ਹੀ ਜਿਹੀ ਐਡ ਕੀਤੀ ਹੈ। ਅਤੇ ਅੱਧਾ ਚਮਚ ਲਿਆ ਹੈ ਧਨੀਆ ਪਾਊਡਰ। ਚੰਮੇ ਦਾ ਚੌਥਾ ਹਿੱਸਾ ਗਰਮ ਮਸਾਲਾ ਐਡ ਕਰਾਂਗੇ। ਚੰਮੇ ਦਾ ਚੌਥਾ ਹਿੱਸਾ ਲਵਾਂਗੇ ਲਾਲ ਮਿਰਚ ਦਾ ਪਾਊਡਰ। ਚੰਮੇ ਦਾ ਚੌਥਾ ਹਿੱਸਾ ਲਵਾਂਗੇ ਹਲਦੀ ਪਾਊਡਰ। ਹਲਦੀ ਬਿਲਕੁਲ ਥੋੜ੍ਹੀ ਜਿਹੀ ਪਾਵਾਂਗੇ। ਅੱਧਾ ਚਮਚ ਆਮਚੂਰ ਪਾਊਡਰ ਲਵਾਂਗੇ। ਇਹਦੇ ਨਾਲ ਚਟਪਟਾ ਟੇਸਟ ਪਰੌਂਠਿਆਂ ਵਿੱਚ ਆਉਂਦਾ ਹੈ, ਜਾਂ ਫਿਰ ਤੁਸੀਂ ਅਨਾਰਦਾਣਾ ਵੀ ਇਹਦੇ ਵਿੱਚ ਪਾ ਸਕਦੇ ਹੋ। ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਪਰੌਂਠਿਆਂ ਦਾ ਮਿਸ਼ਨ ਤਾਂ ਹੱਥਾਂ ਨਾਲ ਹੀ ਚੰਗੀ ਤਰ੍ਹਾਂ ਮਿਕਸ ਹੁੰਦਾ ਹੈ, ਇਸ ਤਰੀਕੇ ਨਾਲ ਮੈਂ ਇਹਨਾਂ ਨੂੰ ਮਿਕਸ ਕਰ ਲਵਾਂਗੀ। ਸਾਰੇ ਮਸਾਲੇ ਮੈਂ ਚੰਗੀ ਤਰ੍ਹਾਂ ਮੂਲੀਆਂ ਨਾਲ ਮਿਕਸ ਕਰ ਲਏ ਹਨ। ਤੁਹਾਡੇ ਦੇ ਵਿੱਚ ਆਪਾਂ ਇੱਕ ਸੀਕਰੇਟ ਚੀਜ਼ ਪਾਵਾਂਗੇ, ਉਹ ਹੈਗੀ ਹੈ ਬੇਸਨ।
बेसन नू मैं थोड़ा जा रोस्ट कर लिया है पैन दे विच। रोस्ट करके ही बेसन पाउणा है, कच्चा बेसन नहीं पावांगे। तो एक चम्मच भर के आपां इहदे विच पा देवांगे। बेसन बहुत ज़्यादा नहीं पाउणा, सिर्फ एक चम्मच ही पाया है। तो स्वाद अनुसार इहदे विच नमक पा देवांगे। हुण बेसन ते नमक नू चंगी तरह आपां इस तरीके नाल मूलियां दे मिक्सर नाल मिक्स करांगे। बेसन पाउण नाल की हुंदा है, जिहड़ा मूलियां दा माड़ा मोटा पाणी हुंदा उह बेसन सोख लैंदा है, ते परौंठे जिहड़े हन आपणे बिल्कुल नहीं फटदे, ते बिल्कुल भी इहनां विचों पाणी बाहर नहीं आउंदा। परौंठे बहुत वधिया बण के तैयार हुंदे हन। हुण इधर मैं आटा गुन के रख्या होया है। आटा जिहड़ा है रोटियां दे आटे नाल थोड़ा जिहा मैं सख्त रख्या है। इहदे विच मैं कोई भी तेल या कोई भी नमक वगैरह नहीं पाया। तो इस आटे दे आपां हुण पेड़े कर लवांगे। पेड़ा जिहड़ा है नॉर्मल रोटी तों थोड़ा जिहा वड्डा रखना है। तो कोशिश करो परौंठिया वास्ते आटा तुसीं जदों भी तैयार करना है ताज़ा ही तैयार करना है, पुराना फ्रिज वाला आटा यूज़ नहीं करना। हुण पेड़े नूं सुक्का आटा लगा के ते इहदी चोंड कर लवांगे इस तरीके दे नाल, जिस तरह आपां रोटियां दी चोंडा करदे हां उसे तरीके नाल। ਇਹ ਪਰੌਂਠਾ ਆਪਾਂ ਸਿੰਗਲ ਬਣਾਵਾਂਗੇ, ਇਹਦੇ ਵਿੱਚ ਆਪਾਂ ਸਟੱਫਿੰਗ ਭਰਾਂਗੇ। ਸਟੱਫਿੰਗ ਤੁਸੀਂ ਜਿੰਨੀ ਮਰਜ਼ੀ ਭਰ ਸਕਦੇ ਹੋ, ਪਰੌਂਠੇ ਤੁਹਾਡੇ ਬਿਲਕੁਲ ਨਹੀਂ ਫਟਣਗੇ। ਹੁਣ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਬੰਦ ਕਰ ਦੇਵਾਂਗੇ। ਸਾਰੀਆਂ ਸਾਈਡਸ ਆਪਾਂ ਇਸ ਤਰੀਕੇ ਨਾਲ ਇਕੱਠੀਆਂ ਕਰਕੇ ਇੱਕ ਜਗ੍ਹਾ 'ਤੇ ਟਾਈਟ ਕਰ ਦੇਵਾਂਗੇ। ਇਸ ਤਰ੍ਹਾਂ ਆਪਾਂ ਇਹਨੂੰ ਪੋਟਲੀ ਵਾਂਗੂ ਬਣਾ ਲਵਾਂਗੇ। ਪੇੜੇ ਦੇ ਵਿੱਚ ਮੈਂ ਭਰ ਭਰ ਕੇ ਸਟੱਫਿੰਗ ਕੀਤੀ ਹੈ। ਸੁੱਕਾ ਆਟਾ ਲਗਾ ਕੇ ਇਸ ਤਰੀਕੇ ਨਾਲ ਪ੍ਰੈਸ ਕਰਾਂਗੇ। ਇੱਕ ਵਾਰੀ ਆਪਾਂ ਇਹਨੂੰ ਜਿਹੜਾ ਹੈ ਇਸ ਤਰੀਕੇ ਨਾਲ ਫਿਰ ਤੋਂ ਇਹਦੀ ਚੋਂਡ ਕਰਾਂਗੇ, ਥੋੜ੍ਹੀ ਰੋਟੀ ਨੂੰ ਵੱਡੀ ਕਰ ਲਵਾਂਗੇ। ਜਿੰਨਾ ਹੋ ਸਕੇ ਹੱਥ ਨਾਲ ਆਪਾਂ ਚੋਂਡ ਨੂੰ ਥੋੜ੍ਹੀ ਵੱਡੀ ਕਰ ਲਵਾਂਗੇ। ਹੁਣ ਚੱਕਲੇ ਉੱਪਰ ਸੁੱਕਾ ਆਟਾ ਲਗਾਵਾਂਗੇ ਇਸ ਤਰੀਕੇ ਨਾਲ, ਰੋਟੀ ਰੱਖ ਕੇ ਉੱਪਰ ਦੀ ਫਿਰ ਤੋਂ ਸੁੱਕਾ ਆਟਾ ਲਗਾ ਕੇ ਪੂਰੇ ਆਪਾਂ ਰੋਟੀ ਉੱਪਰ ਹਲਕਾ ਜਿਹਾ ਆਟਾ ਇਸ ਤਰੀਕੇ ਨਾਲ ਲਗਾ ਦੇਣਾ ਹੈ। ਤਾਂ ਬਿਲਕੁਲ ਹਲਕੇ ਹੱਥ ਨਾਲ ਆਪਾਂ ਇਹ ਪਰੌਂਠਾ ਬਿਲ ਕੇ ਤਿਆਰ ਕਰਾਂਗੇ। ਹੁਣ ਪਰੌਂਠਾ ਮੈਂ ਬੇਲ ਕੇ ਤਿਆਰ ਕਰ ਲਿਆ ਹੈ। ਜਿਹੜੇ ਹਲਕੀਆਂ ਹਲਕੀਆਂ ਮੂਲੇ ਦਿਸ ਰਹੇ ਹਨ ਉਹ ਦਿਸਣੀਆਂ ਵੀ ਜ਼ਰੂਰੀ ਹਨ, ਕਿਉਂਕਿ ਇਹਦੇ ਨਾਲ ਹੀ ਆਪਣਾ ਪਰੌਂਠੇ ਦਾ ਅਸਲੀ ਸਵਾਦ ਆਏਗਾ। ਜੇ ਇਸ ਤਰੀਕੇ ਨਾਲ ਮੂਲੇ ਨਹੀਂ ਦਿਸਣਗੇ ਤਾਂ ਸਾਨੂੰ ਆਟੇ ਦਾ ਸਵਾਦ ਹੀ ਆਏਗਾ। ਇਸ ਤਰੀਕੇ ਨਾਲ ਪਰੌਂਠੇ ਬਹੁਤ ਜ਼ਿਆਦਾ ਵਧੀਆ ਅਤੇ ਕਰਾਰੇ ਟੇਸਟੀ ਬਣਦੇ ਹਨ। ਹੁਣ ਸਟੱਫਿੰਗ ਆਪਾਂ ਦੋ ਪੇੜਿਆਂ ਵਿੱਚ ਕਰਾਂਗੇ। ਹੁਣ ਮੈਂ ਛੋਟੇ ਛੋਟੇ ਦੋ ਪੇੜੇ ਲਏ ਹਨ, ਇਹਨਾਂ ਦੀ ਆਪਾਂ ਇਸ ਤਰੀਕੇ ਨਾਲ ਚੋਂਡਾ ਬਣਾ ਲਵਾਂਗੇ। ਇਹ ਪੇੜੇ ਬਹੁਤ ਹੀ ਛੋਟੇ ਲੈਣੇ ਨੇ, ਬਹੁਤ ਜ਼ਿਆਦਾ ਵੱਡੇ ਨਹੀਂ ਲੈਣੇ, ਕਿਉਂਕਿ ਆਪਾਂ ਡਬਲ ਰੋਟੀ ਵਿੱਚ ਇਹਨਾਂ ਨੂੰ ਪਾਵਾਂਗੇ। ਇਸ ਤਰੀਕੇ ਨਾਲ ਮੈਂ ਦੋਨੋਂ ਚੋਂਡਾ ਕਰ ਲਈਆਂ ਹਨ। ਤਾਂ ਸੁੱਕਾ ਆਟਾ ਲਗਾ ਕੇ ਇਹਨਾਂ ਨੂੰ ਬੇਲ ਲਵਾਂਗੇ। ਦੋਨੋਂ ਆਪਾਂ ਬਿਲਕੁਲ ਪਤਲੀਆਂ ਬੇਲ ਕੇ ਰੋਟੀਆਂ ਤਿਆਰ ਕਰ ਲਵਾਂਗੇ। ਹੁਣ ਮੈਂ ਦੋਨੋਂ ਰੋਟੀਆਂ ਬੇਲ ਕੇ ਤਿਆਰ ਕਰ ਲਈਆਂ ਹਨ, ਤੁਸੀਂ ਦੇਖ ਸਕਦੇ ਹੋ। ਅਤੇ ਜਿਹੜੀ ਚੱਕਲੇ ਉੱਪਰ ਰੋਟੀ ਪਈ ਹੈ ਇਹਦੇ ਨੀਚੇ ਥੋੜ੍ਹਾ ਜਿਹਾ ਮੈਂ ਸੁੱਕਾ ਆਟਾ ਲਗਾਇਆ ਹੈ। ਹੁਣ ਆਪਾਂ ਇਹ ਸਟੱਫਿੰਗ ਇਸ ਤਰੀਕੇ ਨਾਲ ਇਹਦੇ ਉੱਪਰ ਰੱਖ ਦੇਵਾਂਗੇ। ਪੂਰੀ ਰੋਟੀ ਉੱਪਰ ਆਪਾਂ ਸਟੱਫਿੰਗ ਰੱਖ ਦੇਵਾਂਗੇ। ਹੁਣ ਮੈਂ ਪੂਰੀ ਰੋਟੀ ਉੱਪਰ ਚੰਗੀ ਤਰ੍ਹਾਂ ਸਟੱਫਿੰਗ ਕਰ ਦਿੱਤੀ ਹੈ, ਤਾਂ ਉੱਪਰ ਦੀ ਆਪਾਂ ਦੂਸਰੀ ਰੋਟੀ ਇਸ ਤਰੀਕੇ ਨਾਲ ਲਗਾ ਦੇਵਾਂਗੇ। ਅਤੇ ਸਾਈਡਸ ਤੋਂ ਹਲਕੇ ਹੱਥ ਨਾਲ ਪ੍ਰੈਸ ਕਰਦੇ ਹੋਏ ਆਪਾਂ ਇਹਨਾਂ ਨੂੰ ਸੈੱਟ ਕਰ ਦੇਵਾਂਗੇ। ਹੁਣ ਉੱਪਰਲੇ ਪਾਸੇ ਥੋੜ੍ਹਾ ਸੁੱਕਾ ਆਟਾ ਲਗਾਵਾਂਗੇ ਇਸ ਤਰੀਕੇ ਦੇ ਨਾਲ, ਫਿਰ ਤੋਂ ਰੋਟੀ ਨੂੰ ਆਪਾਂ ਉਲਟਾ ਕਰ ਲਵਾਂਗੇ। ਥੋੜ੍ਹਾ ਸੁੱਕਾ ਆਟਾ ਇੱਕ ਵਾਰ ਫਿਰ ਇਸ ਸਾਈਡ 'ਤੇ ਲਗਾ ਦੇਵਾਂਗੇ ਤਾਂ ਕਿ ਰੋਟੀ ਚੱਕਲੇ ਨਾਲ ਜੁੜਨਾ ਜਾਵੇ। ਹੁਣ ਆਪਾਂ ਬੇਲਣ ਲਵਾਂਗੇ ਅਤੇ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਰੋਟੀ ਨੂੰ ਹਲਕੇ ਹੱਥ ਨਾਲ ਪਤਲਾ ਜਿਹਾ ਬੇਲ ਕੇ ਤਿਆਰ ਕਰ ਲਵਾਂਗੇ। ਹੁਣ ਮੈਂ ਦੋ ਤਰੀਕੇ ਨਾਲ ਪਰੌਂਠੇ ਬੇਲ ਕੇ ਤਿਆਰ ਕਰ ਲਏ ਹਨ। ਦੂਜੇ ਪਾਸੇ ਗੈਸ ਦੇ ਉੱਪਰ ਮੈਂ ਤਵਾ ਰੱਖਿਆ ਹੋਇਆ ਹੈ। ਤਵਾ ਹੁਣ ਮੀਡੀਅਮ ਜਿਹਾ ਗਰਮ ਹੋ ਗਿਆ ਹੈ ਅਤੇ ਇਹਦੇ ਉੱਪਰ ਆਪਾਂ ਇਹ ਪਰੌਂਠਾ ਪਾ ਦੇਵਾਂਗੇ। ਅਤੇ ਹੁਣ ਆਪਾਂ ਪਰੌਂਠੇ ਦੀ ਸਾਈਡ ਚੇਂਜ ਕਰ ਦੇਵਾਂਗੇ। ਅਤੇ ਪਰੌਂਠੇ ਦੀ ਇਸ ਸਾਈਡ ਆਪਾਂ ਦੇਸੀ ਘਿਓ ਜਾਂ ਫਿਰ ਮੱਖਣ ਤੇਲ ਤੁਸੀਂ ਕੁਝ ਵੀ ਲਗਾ ਸਕਦੇ ਹੋ। ਹੁਣ ਪਰੌਂਠੇ ਦੀ ਸਾਈਡ ਚੇਂਜ ਕਰ ਦੇਵਾਂਗੇ। ਫਲੇਮ ਨੂੰ ਆਪਾਂ ਮੀਡੀਅਮ ਰੱਖਾਂਗੇ। ਮੀਡੀਅਮ ਫਲੇਮ 'ਤੇ ਪਰੌਂਠੇ ਬਹੁਤ ਹੀ ਵਧੀਆ ਕ੍ਰਿਸਪੀ ਅਤੇ ਕੁਰਕਰੇ ਬਣਦੇ ਹਨ ਅਤੇ ਕਲਰ ਬਹੁਤ ਵਧੀਆ ਆਉਂਦਾ ਹੈ। ਇਸ ਪਾਸੇ ਵੀ ਆਪਾਂ ਹੁਣ ਦੇਸੀ ਘਿਓ ਲਗਾ ਦਿੱਤਾ ਹੈ। ਅਤੇ ਹੁਣ ਆਪਾਂ ਆਹ ਸਾਈਡ ਵੀ ਇਹਦੀ ਚੇਂਜ ਕਰ ਦੇਵਾਂਗੇ। ਤੁਸੀਂ ਦੇਖ ਸਕਦੇ ਹੋ ਪਰੌਂਠੇ ਦਾ ਕਲਰ ਕਿੰਨਾ ਜ਼ਿਆਦਾ ਵਧੀਆ ਆਇਆ ਹੈ। ਇੱਕਦਮ ਗੋਲਡਨ ਜਿਹੇ ਪਰੌਂਠੇ ਬਣ ਕੇ ਤਿਆਰ ਹੋਏ ਹਨ, ਬਹੁਤ ਹੀ ਵਧੀਆ ਲੱਗ ਰਹੇ ਹਨ। ਇਸ ਤਰੀਕੇ ਨਾਲ ਆਪਾਂ ਪ੍ਰੈਸ ਕਰਦੇ ਹੋਏ ਸਾਈਡ ਇਹਨਾਂ ਦੀ ਫਿਰ ਤੋਂ ਚੇਂਜ ਕਰਾਂਗੇ। ਕਲਰ ਪਰੌਂਠੇ ਦਾ ਬਹੁਤ ਜ਼ਿਆਦਾ ਵਧੀਆ ਆਇਆ ਹੈ। ਪਰੌਂਠਾ ਬਹੁਤ ਹੀ ਵਧੀਆ, ਬਹੁਤ ਹੀ ਕ੍ਰਿਸਪੀ, ਬਹੁਤ ਹੀ ਅੱਛਾ ਬਣ ਕੇ ਤਿਆਰ ਹੋਇਆ ਹੈ। ਅਤੇ ਪਰੌਂਠੇ ਨੂੰ ਹੁਣ ਆਪਾਂ ਤਵੇ ਤੋਂ ਉਤਾਰ ਲਵਾਂਗੇ। ਹੁਣ ਤਵੇ ਦੇ ਉੱਪਰ ਦੂਸਰਾ ਪਰੌਂਠਾ ਪਾ ਦੇਵਾਂਗੇ। ਇਹ ਡਬਲ ਵਾਲਾ ਪਰੌਂਠਾ ਹੈ, ਇਹਦੀ ਵੀ ਸਾਈਡ ਹੁਣ ਚੇਂਜ ਕਰ ਦੇਵਾਂਗੇ। ਫਲੇਮ ਨੂੰ ਮੀਡੀਅਮ ਰੱਖਾਂਗੇ ਅਤੇ ਪਰੌਂਠੇ ਉੱਪਰ ਆਪਾਂ ਘਿਓ ਲਗਾਵਾਂਗੇ। ਤੁਸੀਂ ਆਪਣੇ ਹਿਸਾਬ ਨਾਲ ਇਹਦੇ ਉੱਪਰ ਘਿਓ ਲਗਾ ਸਕਦੇ ਹੋ, ਤੁਸੀਂ ਵੱਧ ਘੱਟ ਕਰ ਸਕਦੇ ਹੋ।
इन्हों आप इस तरीके ना क्रिस्पी जे कर लवेंगे। तुसी देख सकते हो परौंठा फुलना शुरू हो गया है, दोनों साइड आपां इहनां दे घिओ लगा के इन्हों आपां क्रिस्पी जे कर लवेंगे। परौंठे बहुत ही वधिया फुल रहे हैं, बहुत ही मज़ेदार परौंठे बन के तैयार हुए हैं। जिन्ने ज़्यादा वधिया सिंगल वाले परौंठे बने सी उन्ने ही ज़्यादा वधिया डबल वाले परौंठे भी बन के तैयार हुए हैं। तुहानूं जिस तरह भी आसान लगे तुसी उस तरीके नाल परौंठे बना के तैयार कर सकते हो। तो परौंठा हमेशा मीडियम फ्लेम पर इस तरीके ना उल्ट पुलट करते हुए सीखोगे तो परौंठे बहुत ही वधिया बन के तैयार होणगे। ये भी परौंठा बहुत ही वधिया बन के तैयार होया है, इहनूं वी आपां हुण तवे तों उतार लवांगे। बेसन पाउण नाल परौंठे की स्टफिंग बहुत ज़्यादा जिहड़ी है सैट हो जाती है। परौंठे बहुत ही वधिया बनते हैं, बहुत ही मज़ेदार परौंठे बन के तैयार होए हैं। तुसी देख सकते हो किन्ने जबरदस्त परौंठे बने हैं। हुण मैं सारे परौंठे बना के रख लिया, परौंठे बहुत ही फटाफट बन गए हैं, एकदम गर्मा गर्म परौंठे बन के तैयार हैं। तो परौंठे नाल मैं दही रखा है, नाल रखा है मैं अचार, यह मेरा आंवले लसन अदरक का अचार है। नाल आपां इत्थे मक्खन रखांगे, घर का बनाया हुआ मक्खन है। आंवले अदरक लसन के अचार की रैसपी तुसी मेरे चैनल पर देख सकते हो। हुण मैं तुहानूं परौंठा कट के दिखा रही, तुसी देख सकते हो परौंठे की स्टफिंग दिख रही है। परौंठा बहुत ही वधिया एकदम भरिया हुआ अपना तैयार होया है, बहुत ही मज़ेदार परौंठा बनिया है। तुसी भी मेरे तरीके ना मूली दी परौंठे दी रेसिपी जरूर ट्राई करना, फिर मैंने दसना कि तुहाडे परौंठे किस तरह बने। तो फिर मिलते हैं किसी इस तरह की होर टेस्टी ते डिलीशियस रेसिपी के नाल। उदों तक लई सति श्री अकाल।